ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੇਖ ਸਕਦੇ ਆ ਜੀ ਅਸੀਂ ਆਏ ਆ ਵੈਨਿਸ ਇਟਲੀ। ਵੈਨਿਸ ਆਏ ਸੀ ਅਸੀਂ ਘੁੰਮਣ ਅੱਜ ਯਾਰ ਮਿੱਤਰ ਸਾਰੇ। ਇਟਲੀ ਦਾ ਬਹੁਤ ਹੀ ਮਸ਼ਹੂਰ ਸ਼ਹਿਰ ਹੈ ਇਹ ਤੁਹਾਨੂੰ ਪਤਾ ਹੀ ਹੈ। ਇੱਥੇ ਤੁਸੀਂ ਦੇਖ ਸਕਦੇ ਆ ਗਲੀ 'ਚ ਬੂਟਾਂ ਜਾ ਰਹੀਆਂ ਲੋਕਾਂ ਨੇ ਗੱਡੀ ਦੀ ਥਾਂ ਬੂਟਾਂ ਰੱਖੀਆਂ ਹੋਈਆਂ ਨੇ ਜਾਂ ਕੰਧਾਂ ਵੀ ਤੁਸੀਂ ਦੇਖ ਸਕਦੇ ਆ। ਅੱਜ ਤੋਂ ਦੋ ਦੋ ਤਿੰਨ ਤਿੰਨ ਸੌ ਸਾਲ ਪੁਰਾਣੀਆਂ ਨੇ ਬਹੁਤ ਇੱਟਾਂ ਲੱਗੀਆਂ ਹੋਈਆਂ। ਇਹ ਜਿਹੜੇ ਬ੍ਰਿਜ ਹੈ ਇੱਥੇ 417 ਬ੍ਰਿਜ ਟੋਟਲ ਹੈ, ਨਾਲ ਅਟੈਚ ਹੁੰਦੇ ਆ ਸਾਰੇ ਗਲੀਆਂ ਦੇ ਨਾਲ ਅਟੈਚ ਹੁੰਦੇ ਆ ਅਤੇ ਬਹੁਤ ਹੀ ਪੁਰਾਣੇ, ਮਤਲਬ ਇੱਥੇ ਕੋਈ ਰੋਡ ਰੂਡ ਨਹੀਂ ਬਿਲਕੁਲ ਚੱਲਦਾ। ਇੱਦਾਂ ਹੀ ਸਾਰੇ ਬ੍ਰਿਜ ਬਣੇ ਹੋਏ ਆ ਸਾਰੇ। ਆਹ ਨਵੇਂ ਮੈਰਿਡ ਕਪਲ ਆ ਕੇ ਲੋਕ ਲਗਾਉਂਦੇ ਨੇ ਅਤੇ ਜਦੋਂ ਵਿਸ਼ ਪੂਰੀ ਹੁੰਦੀ ਹੈ ਤਾਂ ਇਹਨਾਂ ਨੂੰ ਆ ਕੇ ਖੋਲਦੇ ਨੇ। ਇਹ ਪਿਆਰ ਵਾਲੇ ਜਿੰਦੇ ਲਾਏ ਹੋਏ, ਪਤਾ ਨਹੀਂ ਕਿਹੜੇ ਲੈ ਕੇ ਗਏ ਇਹ ਸਾਰਾ ਕੋਈ ਤਰੀਕ ਤਰੂਕ ਸਾਰਾ ਡੇਟ ਡੂਟ ਸਭ ਕੁਝ ਦੇ ਲਿਆ ਅਤੇ ਨਾਮ ਵੀ ਲਿਖਿਆ। ਬਾਕੀ ਆ ਜਾਓ ਜੀ, ਤੁਹਾਨੂੰ ਦਿਖਾਉਂਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ ਜਾ ਕੇ। ਇਹ ਤੁਸੀਂ ਡਾਇਰੈਕਸ਼ਨਾਂ ਦੇਖ ਸਕਦੇ ਹਾਂ ਜੇ ਕਿਸੇ ਨੂੰ ਨਾ ਪਤਾ ਲੱਗੇ। ਨਾ ਪਤਾ ਇੱਥੇ ਪ੍ਰੋਪਰ ਨਕਸ਼ੇ ਦੇ ਉੱਤੇ ਵੀ ਦਿਖਾਇਆ ਜਾ ਰਿਹਾ। ਲੋਕੇਸ਼ਨ ਲੱਭਣੀ ਫਿਰ ਵੀ ਇੱਥੇ ਬਹੁਤ ਮੁਸ਼ਕਿਲ ਹੈ ਜਿਹੜਾ ਬੰਦਾ ਗੱਡੀ ਦੇ ਵਿੱਚ ਆਉਂਦਾ, ਕਿਉਂਕਿ ਇੱਥੇ ਮਤਲਬ ਕੋਈ ਲੋਕੇਸ਼ਨ ਜਾ ਨਹੀਂ ਸਕਦੀ, ਨਾ ਕੋਈ ਇੱਥੇ ਰੋਡ ਹੈ ਕੋਈ ਵੀ ਮਤਲਬ ਕੰਮ ਹੈ, ਐਂਬੂਲੈਂਸ ਵੀ ਮਤਲਬ ਇੱਥੇ ਜਾਣ ਨੂੰ ਰੋਡ ਨਹੀਂ ਬਣਾ। ਸਾਰੇ ਤੁਰ ਕੇ ਬ੍ਰਿਜ ਇਹਨਾਂ ਨੇ ਅਟੈਚ ਕੀਤੇ ਹੋਏ ਗਲੀਆਂ ਦੇ ਨਾਲ। 417 ਬ੍ਰਿਜ ਹੈ ਆਹ ਦਿਖਾ, ਆਹ ਸਾਹਮਣੇ ਆ ਬੀਹਾਂ ਦੇ ਵਿੱਚ ਇੱਦਾਂ ਬਣਾਏ ਹੋਏ ਸੁਨਿਆਲੀ ਦਿੱਤੇ ਹੋਏ ਆ ਅਤੇ ਹੋਰ ਮਤਲਬ ਇੱਥੇ ਲੱਭਣੀਆਂ ਡਾਇਰੈਕਸ਼ਨਾਂ ਬਹੁਤ ਔਖੀਆਂ। ਹਾਂਜੀ ਪਹੁੰਚ ਗਏ ਅਸੀਂ ਵੈਨਿਸ ਦੇ ਵਿੱਚ ਅਤੇ ਬਾਕੀ ਆ ਦੇਖ ਲਓ ਇੱਦਾਂ ਦੀਆਂ ਛੋਟੀਆਂ ਛੋਟੀਆਂ ਗਲੀਆਂ ਸਾਰੀਆਂ ਅਟੈਚ ਆ ਇੱਥੇ। ਇੱਥੇ ਕੋਈ ਵੀ ਮਤਲਬ ਵੱਡੇ ਰੋਡ ਕੋਈ ਅਟੈਚ ਨਹੀਂ ਹੁੰਦੇ, ਇੱਦਾਂ ਦੀਆਂ ਛੋਟੀਆਂ ਛੋਟੀਆਂ ਗਲੀਆਂ ਜਿੱਦਾਂ ਆਪਣੇ ਇੰਡੀਆ ਹੁੰਦੀ ਹੈ ਬਿਲਕੁਲ ਉੱਦਾਂ ਹੀ ਹੈ, ਜਿਵੇਂ ਬਿਲਕੁਲ ਲੁਧਿਆਣੇ ਹੁੰਦੀ ਸੇਮ ਉਹੀ ਚੀਜ਼ ਹੈ ਇੱਥੇ ਛੋਟੇ ਛੋਟੇ ਨੇ। ਬਾਕੀ ਜੇ ਤੁਸੀਂ ਇੱਥੇ ਆ ਕੇ ਰਹਿਣਾ ਚਾਹੁੰਦੇ, ਵਕੇਸ਼ਨ ਸਪੈਂਡ ਕਰਨੇ ਚਾਹੁੰਦੇ ਆ, ਇੱਥੇ ਹਰੇ ਗਲੀ ਵਿੱਚ ਹੋਟਲ ਵੀ ਅਵੇਲੇਬਲ ਨੇ, ਤੁਸੀਂ ਆ ਕੇ ਆਪਣੀਆਂ ਛੁੱਟੀਆਂ ਫੈਮਿਲੀ ਨਾਲ ਬਤੀਤ ਕਰ ਸਕਦੇ। ਇੱਥੇ ATM ਅਵੇਲੇਬਲ ਆ ਜੀ, ਜੇ ਕਿਸੇ ਨੂੰ ਮਨੀ ਰਿਗਾਰਡਿੰਗ ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ATMs ਵੀ ਅਵੇਲੇਬਲ ਆ। ਬਿਕੋਜ਼ ਇਹ ਟੂਰਿਸਟ ਪਲੇਸ ਆ ਅਤੇ ਟੂਰਿਸਟ ਪਲੇਸ 'ਤੇ ਜਾਣੀ ਕਿ ਇੱਥੇ ਹਰ ਕੰਟਰੀ ਦਾ ਬੰਦਾ ਆਉਂਦਾ ਜਾਂਦਾ ਆ ਅਤੇ ਉਹਨਾਂ ਲਈ ਹਰ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ ਆ, ਲਾਈਕ ਹੋਟਲਸ, ਰੈਸਟੋਰੈਂਟਸ ਅਤੇ ਐਵਰੀਥਿੰਗ, ਹਰ ਫੈਸਿਲਿਟੀ ਆ ਇੱਥੇ। ਅਤੇ ਵਧੀਆ ਸ਼ਹਿਰ ਆ, ਇਟਲੀ ਦਾ ਮੰਨਿਆ ਪਰਮੰਨਿਆ ਸ਼ਹਿਰ ਆ ਵੈਨਿਸ। ਇਤਿਹਾਸ ਬਹੁਤ ਜ਼ਿਆਦਾ ਪੁਰਾਣਾ ਇਸ ਸਿਟੀ ਦਾ, ਹੁੰਦੀ ਹੈ ਮਤਲਬ ਇਹ ਡਿਵੈਲਪਮੈਂਟ ਵੱਧਦੀ ਸੀ ਹੋਰ ਤੁਹਾਨੂੰ ਲੈ ਕੇ ਚੱਲਦੇ ਹਾਂ ਪਿਆਸਾ ਸਨਮਾਰਕ, ਉਹ ਜੋ ਪਿਆਸਾ ਸਨਮਾਰਕ ਦੇਖਣ ਵਾਲਾ ਪਿਆਸਾ ਹੈ। ਬਾਕੀ ਅੱਗੇ ਅੱਗੇ ਜਾ ਕੇ ਸਾਰਾ ਪਾਠ ਸਪੋਰਟ ਕਰਦੇ ਹਾਂ। ਇੱਥੇ ਹਰੇ ਗਲੀ ਵਿੱਚ ਚਰਚ ਹੈ, ਇੱਥੇ ਦੀ ਜੋ ਲੋਕ ਇਹਨਾਂ ਨੂੰ ਗੁਰਦੁਆਰਾ ਮੰਨਦੇ ਨੇ ਜਾਂ ਮੰਦਿਰ ਮੰਨਦੇ ਨੇ, ਤੁਹਾਨੂੰ ਸੁਣਾਈ ਦੇ ਰਹੀਆਂ ਘੰਟੀਆਂ ਛੋਟੀਆਂ ਛੋਟੀਆਂ ਬੋਟਾਂ ਅਤੇ ਕਾਫੀ ਵਿੱਚ ਵਿੱਚ ਘੁੰਮਦੀਆਂ, ਸਾਰਾ ਵਿੱਚ ਪਾਣੀ ਦੇ ਵਿੱਚ ਹੀ ਆ, ਇਤਿਹਾਸ ਕਾਫੀ ਸਾਰਾ ਅੱਜ ਤੁਹਾਨੂੰ ਦਿਖਾਉਂਦੇ ਹਾਂ, ਐਕਸਪਲੋਰ ਕਰਦੇ ਹਾਂ। ਬਾਕੀ ਅਸੀਂ ਵੀ ਅੱਜ ਪਹਿਲੀ ਵਾਰ ਆਏ ਹਾਂ, ਬਾਕੀ ਵੈਸੇ ਆਏ ਏਅਰਪੋਰਟ 'ਤੇ ਕਾਫੀ ਵਾਰ ਗਏ ਹਾਂ, ਇੱਥੋਂ ਚੜ੍ਹੇ ਉਤਰੇ ਹਾਂ। ਬਾਕੀ ਘੁੰਮਣ ਵਾਸਤੇ ਅਸੀਂ ਅੱਜ ਆਏ ਹਾਂ ਕਿਉਂਕਿ ਹੋਰ ਸਾਡੇ ਕੰਮ ਨਿਬੜੇ ਨਹੀਂ, ਟਾਈਮ ਟੂਮ ਲੱਗਾ ਨਹੀਂ ਕਦੇ, ਅੱਜ ਫ੍ਰੀ ਸੀ ਬਿਲਕੁਲ, ਅੱਜ ਆਏ ਸੀ ਯਾਰ। ਆਹ ਚਰਚ ਆ ਜੀ ਜਿੱਥੇ ਘੰਟੀ ਵੱਜਦੀ ਹੈ ਅਤੇ ਹਰ ਘੰਟੇ ਬਾਅਦ ਜਾਂ ਅੱਧੇ ਘੰਟੇ ਬਾਅਦ ਇੱਥੇ ਬੈਲ ਰਿੰਗ ਕਰਦੀ ਆ।
ਛੋਟੇ ਛੋਟੇ ਦਾ ਟ੍ਰਿਪ ਚੱਲੀ ਜਾਂਦੇ ਆ, ਮਤਲਬ 24 ਘੰਟੇ ਦਿਨ ਰਾਤ ਚੱਲੀ ਜਾਂਦਾ ਕੰਮ ਇੱਥੇ। ਟੂਰਿਸਟ ਕਾਫੀ ਇੱਥੇ ਮਤਲਬ ਵਿਜ਼ਿਟ ਕਰਦੇ ਆ। ਆਹ ਵਿਚਾਰਾ ਇਕੱਲਾ ਹੀ ਫਿਰੀ ਜਾਂਦਾ ਆਪਣੀ ਲਹਿਰ 'ਚ, ਪਤਾ ਨਹੀਂ ਕੀ ਮਸਤ ਹੈ। ਬਾਕੀ ਉੱਧਰ ਭਾਜੀ ਆਪਣੇ ਖੜੇ ਆ ਉੱਧਰ ਥੱਲੇ, ਛਾਲ ਨਾ ਮਾਰਦੀ ਪਾਣੀ, ਛਾਲ ਨਾ ਮਾਰਦੀ ਭਰਾਵਾ। ਸਾਤ ਤੋਂ ਮੁੜ ਕੇ ਅਸੀਂ ਗਏ ਆਪਣੇ ਵੀਰ ਪ੍ਰਮੋਟਰ, ਉਹ ਪੈਰ ਉਹ ਪੈਰ ਜਿਹੜਾ ਕਾਈ ਆ, ਉਹ ਸਿੰਗਰ ਇੱਥੇ ਆਂਦਾ ਆ, ਸ਼ਿੰਦੇ ਭਾਜੀ ਹੁਣੇ ਆਏ ਨੇ, ਸ਼ਿੰਦੇ ਭਾਜੀ ਇਹਨਾਂ ਦੀ ਬਦੌਲਤ ਹੈ, ਇਹਨਾਂ ਦੀ ਬਦੌਲਤ ਹੀ ਆਏ ਆ ਸਾਰੇ, ਇਹਨਾਂ ਦੀ ਬਦੌਲਤ ਹੈ, ਇਹਨਾਂ ਨੇ ਸਪਾਂਸਰ ਕੀਤਾ ਸੀ। ਅਗਲਾ ਨੰਬਰ ਨੀਟੂ ਸ਼ਟਰ ਵਾਲੇ ਦਾ, ਅਗਲਾ ਨੰਬਰ ਨੀਟੂ ਸ਼ਟਰ ਵਾਲੇ ਪ੍ਰਮੋਟਰ, ਨੀਟੂ ਸ਼ਟਰ ਵਾਲਾ ਭਾਬੀ ਰਣਜੀਤ ਕੌਰ ਹੁਣੀ ਵੀ ਆ ਰਹੇ ਨੇ, ਭਾਬੀ ਰਣਜੀਤ ਕੌਰ, ਹਰਮਨ ਚੀਮੇ ਹੁਣੀ ਭਾਜੀ ਹੁਣੀ ਵੀ ਆ ਰਹੇ ਆਪਣੇ, ਤੇ ਕਾਲੀ ਐਕਟਿਵਾ ਨੂੰ ਵੀ ਹੁਮ ਹੁਮਾ ਕੇ ਲਿਆਵਾਂਗੇ, ਲੈ ਕੇ ਆਵਾਂਗੇ ਕਾਲੀ ਐਕਟਿਵਾ ਨੂੰ, ਤੇ ਚੀਮੇ ਭਾਜੀ ਹੁਣੀ ਮੁੱਛਾਂ ਸਿੱਧੀਆਂ ਕਰੀ ਜਾਂਦੇ, ਕਹਿੰਦੇ ਅਸੀਂ ਤਿਆਰ ਬੈਠੇ ਹਾਂ। ਬਾ ਗਗਨ ਕਦੋਂ ਸਾਨੂੰ ਉਹਨਾਂ ਦਾ ਗਾਣਾ ਇੱਥੇ ਸ਼ੂਟ ਹੋਣਾ, ਚੀਮਾ ਫੇਰਿਆ ਤਿਆਰ ਟੋਏ ਪਾਉਣ ਨੂੰ, ਇੱਥੇ ਉਹਨਾਂ ਨੇ ਗਲੀ ਵਿੱਚ ਟੋਏ ਪਾਉਣ ਕੇ। ਚਲੋ ਆ ਜਾਓ ਅੱਗੇ, ਦੇਖੀਏ ਕਿਹੜਾ ਵਾ। ਬਹੁਤ ਹੀ ਪੁਰਾਣੇ ਆ, ਮਤਲਬ ਬਹੁਤ ਪੁਰਾਣਾ ਇਤਿਹਾਸ ਹੈ ਇਹਦੇ ਵਿੱਚ, ਛੋਟੀਆਂ ਛੋਟੀਆਂ ਚੀਜ਼ਾਂ ਵੀ, ਕਾਫੀ ਚੀਜ਼ਾਂ ਦੇਖਣ ਵਾਲੀਆਂ। ਏਦਾਂ ਜੀ 2,10,000, 6,00,000, 3,00,000 ਇਹ ਜਿੱਦਾਂ ਪੁਰਾਤਨ ਕਾਲ ਦੀ ਚੀਜ਼ ਹੈ, ਇਹਦੇ ਵਿੱਚ ਦੇਖ ਸਕਦੇ ਤੁਸੀਂ ਘਰ ਕਿੰਨੇ ਮਹਿੰਗੇ ਲੱਗੇ ਨੇ, 2,10,000 ਦਾ, 6,00,000 ਦਾ, ਕੀ 3,60,000 ਦਾ। ਸ਼ਹਿਰ ਵੀ ਕਾਫੀ ਪੁਰਾਣਾ ਦਾ ਇਤਿਹਾਸ ਹੈਗਾ, ਉਹ ਹਿਸਾਬ ਨਾਲ ਰੇਟ ਦੇਖ ਲੈ, ਰੇਟ ਤੁਸੀਂ ਚੈੱਕ ਕਰੋ ਕਿੰਨਾ ਕਿੰਨਾ ਰੇਟ ਆ ਇੱਥੇ। ਮੈਨੂੰ ਲੱਗਦਾ ਕਿਰਾਏ 'ਤੇ ਵੀ ਘਰ ਲੈਣਾ ਕਿਸੇ ਬਾਤ 'ਤੇ ਛੋਟੀ ਮੋਟੀ ਗੱਲ ਨਹੀਂ। ਬਾਕੀ ਆ ਸਾਰੇ ਟੂਰਿਸਟ, ਇਹਨਾਂ ਦਾ ਵੀ ਮਾੜਾ ਜਿਹਾ ਕੈਮਰਾ ਮਾਰੋ, ਕੈਮਰਾ ਵੀ ਝਲਕ ਮਾਰੋ ਸਾਰੀ। ਹੁਣ ਬੱਚਾ ਚੱਕ ਰਹੇ ਆ ਗੋਰੀ ਦਾ। ਬਾਕੀ ਆਹ ਦੇਖ ਲਓ ਜੀ, ਕੱਲੇ ਕੱਲੇ 20 ਦੇ ਉੱਤੇ ਨੰਬਰ ਲਿਖਿਆ ਹੋਇਆ, ਦੇਖ ਲਓ ਕਿੰਨਾ ਪੁਰਾਣਾ ਰਹਿ ਗਏ ਆ। ਮੈਨੂੰ ਲੱਗਦਾ ਜਵਾਕਾਂ ਜੁਵਕਾਂ ਵਾਸਤੇ ਲੱਗਦੀਆਂ, ਆਹ ਪਤਾ ਨੀ ਕਿਹੜੀ ਸ਼ਹਿ ਆ, ਤੇ ਬਾਕੀ ਪਤਾ ਨੀ ਇਹਨਾਂ ਵਿੱਚ ਕੀ ਖਾਸ ਆ ਜਿਹੜਾ ਅਪੁਆਇੰਟਮੈਂਟ ਤੇ ਮਿਲਦੀਆਂ। ਮੈਨੂੰ ਤਾਂ ਕੋਈ ਗੱਲਬਾਤ ਕੋਈ ਗੱਲ ਲੱਗੀ ਬਾਕੀ ਆ ਦੇਖ ਲੋ ਜੀ, ਆ ਇਹ ਵੈਨੇਸੀਆ, ਆ ਇਹ ਵੈਨਿਸ, ਕਾਫੀ ਇਹਦੇ ਵੀ ਚਰਚੇ ਸੁਣੇ ਸੀ, ਅੱਜ ਪਹੁੰਚੇ ਗਏ, ਮੈਂ ਕਿਹਾ ਦੇਖ ਆਈਏ ਇਹਦੇ ਵੀ ਅੱਜ ਕੀ ਹੈ। ਅਮਰਿਆਨੋ ਭਾਜੀ ਤੁਰੇ ਫਿਰਦੇ ਆ, ਤੇ ਆਹ ਬੈਗ ਬਹੁਤ ਵੱਡਾ ਪਾਇਆ ਹੋਇਆ ਨੇ ਦੇਖ ਲਓ। ਆ ਇੱਥੇ ਛੋਟੀਆਂ ਛੋਟੀਆਂ ਦੁਕਾਨਾਂ ਹੈ, ਛੋਟੇ ਛੋਟੇ ਸ਼ੋਪ ਹੈ ਦੇਖ ਲਓ, ਮਤਲਬ ਕੋਈ ਗਿਫਟ ਗੁਫਟ ਜੇ ਕਿਸੇ ਨੂੰ ਕਰਨਾ ਹੋਵੇ ਤੇ। ਹਾਂ ਇੱਦਾਂ ਛੋਟੇ ਛੋਟੇ ਗਿਫਟ ਜੇ ਲੱਗੇ ਹੋਏ ਆ, ਇੱਦਾਂ ਦੁਕਾਨਾਂ ਦੇਖ ਲਓ। ਹਾਂ ਇਹ ਵੈਨਿਸ ਦੇਖ ਲਓ ਜੀ, ਛੋਟੇ
No, no, fai sconto fra. Vediamo come è possibile. Sì che è possibile, si può fare. Si può fare, facciamo il sconto. Sì, si sì, può sì, non sì. fare, non può. देखो वेनिस दे नजारे आता बंदा साडा तक्की गया बिल्कुल कहता मैं तो बैठने के लिए डर लग ਇੱਥੇ ਹੀ ਸਭ ਨਾਲੋਂ ਵੱਡਾ ਫੇਸ ਟੈਕ ਕਰਨੇ ਵਾਲੇ ਦਾ ਹੁੰਦਾ ਸਭ ਨਾਲ ਮਸ਼ਹੂਰ 3 ਲੱਖ ਦੇ ਕਰੀਬ ਇੱਥੇ ਮਤਲਬ ਆਉਂਦੇ ਆ ਦੇਖੋ ਬਾਹਰੋਂ ਬਾਹਰੋਂ ਸਭ ਨਾਲ ਵੱਡਾ ਫੇਸ ਟੈਕ ਮਨਾਇਆ ਜਾਂਦਾ ਕਰਨੇ ਵਾਲੇ ਦਾ ਉਹ ਦੇਖਣ ਵਾਲਾ ਹੁੰਦਾ ਇੱਥੋਂ ਮਸ਼ਹੂਰ ਹੋਇਆ ਫੇਸ ਦਾ ਉਹ ਕਾਫੀ ਪਾਪੂਲਰ ਆ ਬਾਕੀ ਵਿਊ ਚੈੱਕ ਕਰੋ ਤੁਸੀਂ ਹਾਂਜੀ ਵੈਨਿਸ ਦੇਖ ਲਓ ਵੈਨਿਸ ਆਏ ਨੇ ਯਾਰੇ ਵੈਨਿਸ ਦੇ ਭਰਾ ਨਾਲ ਸਾਰੇ ਘੈਂਟ ਗਗਨ ਭਰਾ ਥੱਲੇ ਕਰ ਲਓ ਸਿਰ ਕਿਤੇ ਸਿਰ ਨਾ ਲਾ ਦੇ ਆਹ ਦੇਖੋ ਆਹ ਐਡਾ ਪੈਂਦੀ ਗੇਮ ਇੱਥੇ
ਆ ਫਿਰਦੇ ਬੁੱਕ ਦੇ ਦੇ ਦੋ ਚੇਰ ਆ ਫਿਰਦੇ ਚੇਰ ਬੁੱਕ ਦੇ ਆ ਇਹ ਨਜ਼ਾਰਾ ਦੇ ਲੋ ਪਾਣੀ ਵਾਲਾ ਸ਼ਹਿਰ ਵੈਨੇਸੀਆ रिस्क चकने पे ऐदा रिस्क चकने पे देखो दो मीटर ते मरियानो भाई हुणी साडे नाल खड़े फोन ते पता की ना गल्लां करी जांदे असीं इधर अपनी पूरी मस्ती दे विच इधर लगे हुए लहर च हाँ जी शहर वैनेसी हाँ देख लो रौनक मेला क्या बात है क्या बात है क्या बात है सिरा लगा पे सिरा राजे कितना फिर एंड भरा बढ़िया नजारे कोट देखो लो महाराज लो ਚਾਰ ਸੌ ਸਤਾਰਾਂ ਪੁਲ ਬਣੇ ਹੋਏ ਸਾਰੇ ਏਦਾਂ ਗਲੀਆਂ ਦੇ ਨਾਲ ਅਟੈਚ ਹੈ ਤੁਸੀਂ ਦੇਖ ਲੋ ਬਾਕੀ ਮੂਹਰੇ ਮੈਂ ਵੀ ਅਟੈਚ ਹੋ ਜਾਣਾ ਜੀ ਜੇ ਨਾ ਧੌਣ ਥੱਲੇ ਕਰਾਂ ਆਹ ਦੇਖੋ ਆਹ ਏਦਾਂ ਹੈ ਆਹ ਦੇਖੋ ਇਹ ਆਹ ਦੇਖੋ ਇਹ ਧੌਣ ਬਚਾਉਣੀ ਪੈਂਦੀ ਹੈ ਜੀ ਆਹ ਏਦਾਂ ਉੱਪਰ ਚੜਦੇ ਇਹਦੇ ਦੇਖੋ ਕੋਈ ਚੱਲਦਾ ਕੰਮ ਪੇਂਟਿੰਗ ਦਾ ਇਹ ਬਣਾ ਰਿਹਾ ਪਿਆਸਾ ਸਨ ਮਾਰਕੋ ਵੈਨੇਸੀਆ ਹੈ ਕਾਰਾਗਰੀ ਬੰਦੇ ਦੇ ਵਿੱਚ ਵਾਕਈ ਮੰਨਣੀ ਪੈਣੀ ਗੱਲ ਇਹ ਵੀ ਕੋਈ ਕੋਈ ਕਰ ਸਕਦਾ ਕੀ ਵਿਚਾਰ ਇਹਦੇ ਬਾਰੇ ਹੈ ਰਾਜੀ ਓਕੇ ਰਿਪੋਰਟ ਬਿਲਕੁਲ ਬਿਲਕੁਲ ਹੁਣ ਆ ਵੀ ਮਿਹਨਤ ਆ ਦੇਖੋ